ਅਸਲਾਮੁ ਅਲੈਕਮ ਵਰਹਮਤੁਲਾਹਿ ਵਬਰਕਾਤੋ ਤਮਾਮ ਦੋਸਤਾਂ ਨੂੰ ਕਿਸਾਨ ਪਾਕਿਸਤਾਨ YouTube ਚੈਨਲ ਵਿੱਚ ਖੁਸ਼ ਆਮਦੀਦ ਮੈਂ ਤੁਹਾਡਾ ਭਾਈ ਮੁਹੰਮਦ ਆਸਿਫ ਖਿੱਚੀ ਦੋਸਤੋ ਇਹ ਅੱਜ ਦੀ ਵੀਡੀਓ ਬੜੇ ਗੌਰ ਨਾਲ ਸੁਣਨੀ ਹੈ ਔਰ ਆਪ ਵੀ ਇਸ ਵੀਡੀਓ ਤੇ ਅਮਲ ਕਰਨਾ ਹੈ ਔਰ ਆਦੇ ਦੋਸਤਾਂ ਨਾਲ ਵੀ ਇਹ ਵੀਡੀਓ ਸ਼ੇਅਰ ਕਰਨੀ ਹੈ ਇਹ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋਣੇ ਨੇ ਇੱਕ ਮੁੰਜੀ ਦਾ ਪਲਾਟ ਔਰ ਕਾਫੀ ਬੜਾ ਪਲਾਟ ਤੁਹਾਨੂੰ ਪਿੱਛੇ ਨਜ਼ਰ ਆ ਰਹੀ ਹੈ ਜਿਹੜਾ ਸੜਿਆ ਪਿਆ ਜੱਲਿਆ ਪਿਆ ਹੈ ਔਰੇ ਛੋਟੀ ਜੀ ਗਲਤੀ ਦੀ ਵਜ੍ਹਾ ਤੂੰ ਇਹ ਪਲਾਟ ਸੜ ਗਿਆ ਤੇ ਤੁਸੀਂ ਇਹ ਸੋਚੋ ਕਿ ਕਿਸਾਨ ਭਾਈ ਜਿਹੜੇ ਵੀ ਜ਼ਿਮੀਂਦਾਰ ਭਾਈ ਆਣ ਛੋਟੇ ਕਿਸਾਨ ਆਣ ਉਹ ਕਿੱਡੇ ਔਖੇ ਹੋ ਕੇ ਆਧੀਆਂ ਫਸਲਾਂ ਪਕਾਰ ਰਹੇ ਨੇ ਕਿੰਨੀਆਂ ਮਹਿੰਗੀਆਂ ਖਾਦਾ ਨੇ ਕਿੰਨੇ ਮਹਿੰਗੇ ਸਪਰੇਅ ਨੇ ਔਰ ਮਜ਼ਦੂਰੀਆਂ ਔਰ ਬਿਜਲੀਆਂ ਦੇ ਬਿੱਲ ਭਰ ਕੇ ਤੇ ਕਿੱਡੇ ਮੁਸ਼ਕਲ ਨਾਲ ਆਪਾਂ ਫਸਲਾਂ ਉਗਾ ਰਹੇ ਆਂ ਔਰ ਸਾਡੇ ਇਲਾਕੇ ਵਿੱਚ ਤਕਰੀਬਨ ਸਵਾ ਦੋ ਲੱਖ ਰੁਪਈਆ 2 ਲੱਖ 10000 ਤੋਂ 15000 25000 2 ਲੱਖ 25000 ਕਿੱਲੇ ਦਾ ਠੇਕਾ ਹੈ ਤੇ ਇੰਨੀ ਮਹਿੰਗੀ ਫਸਲ ਆਪਾਂ ਉਗਾ ਕੇ ਤੇ ਇੱਕ ਛੋਟੀ ਜੀ ਗਲਤੀ ਦੀ ਵਜ੍ਹਾ ਤੋਂ ਆਪਾਂ ਇਹਦਾ ਐਡਾ ਵੱਡਾ ਨੁਕਸਾਨ ਕਰ ਲਈਏ ਤੇ ਬਿਹਤਰ ਹੈ ਕਿ ਉਹਦੇ ਜੋ ਵੀ ਕਦਮ ਉਠਾਉਣ ਲੱਗੇ ਨਾ ਉਹਦੇ ਤੋਂ ਪਹਿਲੇ ਸੋਚ ਲੈਣਾ ਚਾਹੀਦਾ ਅੱਛੀ ਅੱਛੀ ਤਰ੍ਹਾਂ ਇਸ ਤੋਂ ਪਹਿਲੇ ਮੈਂ ਗੱਲ ਕਰਦਾ ਚੱਲਾਂ ਬਈ ਤੁਸੀਂ ਵੀ ਦੋਸਤ ਫੋਕਸ ਕਰਸਾ ਨਾ ਬਈ ਆਸ ਭਾਈ ਪਤਾ ਨਹੀਂ ਆ ਉਂਗਲ ਉੱਤੇ ਕੀ ਆ ਸਾਫਾ ਜਿਹਾ ਬੰਨੀ ਫਿਰਦਾ ਹੈ ਤੇ ਇਹ ਬਸ ਦੇਸੀ ਪੱਟੀ ਬੰਨੀ ਹੋਈ ਹੈ ਜਨਾਬ ਇੱਥੇ ਤੁਹਾਡੇ ਕੱਚ ਲੱਗ ਗਿਆ ਤੇ ਉਹ ਚੀਜ਼ ਜੀ ਆ ਗਿਆ ਥੋੜਾ ਜਿਹਾ ਤੇ ਉਹਦੇ ਉੱਤੇ ਜਨਾਬ ਇਹ ਦੇਸੀ ਪੱਟੀ ਬੰਨੀ ਹੋਈ ਹੈ ਮੈਂ ਗੱਲ ਕਰਦਾ ਜੀ ਆਪਾਂ ਚਲਦੇ ਹਾਂ ਉੱਥੇ ਮੁੰਜੀ ਦੇ ਕੋਲ ਹੀ ਤੇ ਨਾਲ ਗੱਲਬਾਤ ਵੀ ਕਰਦੇ ਆਂ ਵੀ ਇਹ ਮੁੰਜੀ ਕਿੰਨੀ ਕੁ ਸੜੀ ਪਈ ਔਰ ਕਿਵੇਂ ਸੜੀ ਹੈ ਇਸ ਤੋਂ ਪਹਿਲੇ ਮੈਂ ਦੋ ਵੀਡੀਓ ਬਣਾ ਚੁੱਕਾ ਇਹਦੇ ਤੇ ਦੋਸਤੋ ਇਹ ਜਨਾਬ ਤੁਸੀਂ ਪਲਾਟ ਦੇ ਸਕਦੇ ਹੋ ਮੁੰਜੀ ਜਨਾਬ ਸੜੀ ਪਈ ਹੈ ਔਰ ਜਿਹੜੀ ਇਹ ਮੁੰਜੀ ਹੈ ਨਾ ਇਹ ਹੈ ਹਾਈਬ੍ਰਿਡ ਹਾਈਬ੍ਰਿਡ ਜਿਹੜਾ ਮੋਟਾ ਚਾਵਲ ਹੁੰਦਾ ਨਾ ਔਰ ਫੀ ਏਕੜ ਵਿੱਚੋਂ ਤਕਰੀਬਨ 100 ਤੋਂ 150 ਦੀ ਐਵਰੇਜ ਨਿਕਲਦੀ ਹੈਗੀ ਹੈ ਇਹਦੀ ਫੀ ਏਕੜ ਐਵਰੇਜ ਹੈ ਇਸ ਮੁੰਜੀ ਦੀ ਤੇ ਔਰ ਇਸ ਇਸ ਦਫਾ ਇਸ ਹਾਈਬ੍ਰਿਡ ਦਾ ਰੇਟ ਵੀ ਬੜਾ ਜ਼ਬਰਦਸਤ ਹੈ 3500 ਤੋਂ ਲੈ ਕੇ 4000 ਤੱਕ ਰੇਟ ਹੈ ਜਿੰਦੇ ਨਾਲ ਇਹ ਇੱਕ ਏਕੜ ਜਿਹੜਾ ਹੈ ਉਹ ਜਨਾਬ ਕਮੋਬੇਸ਼ 3.5 ਤੋਂ 4 ਲੱਖ ਦਾ ਹੁੰਦਾ ਵੀ ਹੈ ਤੇ ਇੱਕ ਛੋਟੀ ਜੀ ਗਲਤੀ ਦੀ وجہ ਤੋਂ ਇਸ ਕਿਸਾਨ ਨੇ ਇਨਾ ਨੁਕਸਾਨ ਉਠਾਇਆ ਔਰ ਉਠਾ ਲਿਆ ਇੱਕ ਛੋਟੀ ਜੀ ਗਲਤੀ ਦੀ وجہ ਤੋਂ ਉਹ ਕਿਵੇਂ ਉਹ ਦੋਸਤੋ ਐਵੇਂ ਕੇਸ ਤੋਂ ਪਹਿਲੇ ਵੀ ਜਿਹੜੀਆਂ ਵੀਡੀਓ ਬਣਾਈਆਂ ਸੀ ਨਾ ਉਹਨਾਂ ਵਿੱਚ ਵੀ ਇਹੀ ਗਲਤੀ ਹੋਈ ਸੀ ਔਰ ਅੱਜ ਇਸ ਕਿਸਾਨ ਨੇ ਵੀ ਉਹੀ ਗਲਤੀ ਦੁਹرائی ਹੈ ਸਭ ਤੋਂ ਪਹਿਲੇ ਇਹ ਹੋਇਆ ਹੈ ਕਿ ਇਹ ਸਪਰੇਅ ਜਿਹੜਾ ਇਹਨੂੰ ਕੀਤਾ ਗਿਆ ਹੈ ਨਾ ਇਹ ਜਨਾਬ ਪੈਰਾਕਵਾਟ ਸਪਰੇਅ ਕੀਤਾ ਗਿਆ ਹੈ ਜਿਹੜਾ ਸਬਜ਼ਾ ਸਾੜਦਾ ਹੈ ਜਿਹੜਾ ਜ਼ਿਆਦਾਤਰ ਆਪਾਂ ਕਿਸਾਨ ਭਾਈ ਖਾਲਿਆਂ ਤੇ ਕਰਦੇ ਆ ਗੰਦ ਸਾੜਨ ਵਾਸਤੇ ਗਾਸ ਗੋਸ ਸਾੜਨ ਵਾਸਤੇ ਤੇ ਇਹ ਸਪਰੇਅ ਉਹ ਕੀਤਾ ਗਿਆ ਔਰ ਕੀਤਾ ਗਿਆ ਗਲਤੀ ਨਾਲ ਗਲਤੀ ਨਾਲ ਕਿਵੇਂ ਹੋਇਆ ਹੈ ਕਿ ਮਾਲਕ ਇੱਥੇ ਕੋਈ ਨਹੀਂ ਹੈਗੀ ਸੀ ਜ਼ਮੀਨ ਦੇ ਉੱਤੇ ਯਾਨੀ ਕਿ ਘਰ ਨਹੀਂ ਹੈਗੇ ਸੀ ਕਿਧਰੇ ਕੰਮ ਗਏ ਹੋਣੇ ਆ ਉਹਨਾਂ ਨੂੰ ਫੋਨ ਕੀਤਾ ਜਨਾਬ ਕੋਈ ਕੀੜੇ ਵਗੈਰਾ ਦਾ ਜਾਂ ਘੋੜੇ ਵਗੈਰਾ ਦਾ ਸਪਰੇ ਸਾਨੂੰ ਲਿਆ ਕੇ ਦਿਓ ਮੁੰਜੀ ਦਾ ਸਪਰੇ ਲਿਆਓ ਉਹਨਾਂ ਜਨਾਬ ਜਿਹੜਾ ਜ਼ਰਾਤੀਆ ਹੈਗਾ ਸੀ ਉਹ ਸਪਰੇ ਜਨਾਬ ਜਿਵੇਂ ਇੱਕ ਕਹਾਣੀ ਸੁਣੀ ਹੈ ਮੈਂ ਉਵੇਂ ਸੁਣਾ ਰਿਹਾ ਤੁਹਾਨੂੰ ਜ਼ਰਾਤੀਆ ਜਨਾਬ ਆ ਕੇ ਪਹੁੰਚਾ ਗਿਆ ਇੱਥੇ ਘਰ ਸਪਰੇ ਔਰ ਅੱਗੂ ਜਨਾਬ ਬੈਠਾ ਸੀ ਮੁਲਾਜ਼ਮ ਮੁਲਾਜ਼ਮ ਨੇ ਸਪਰੇਅ ਪਕੜ ਲਿਆ ਹੈ ਮੁਲਾਜ਼ਮ ਜਿਹੜਾ ਹੈਗਾ ਸੀ ਉਹ ਵਿਚਾਰਾ ਅਨਪੜਾ ਹੈਗਾ ਸੀ ਮਾਲਕ ਜਿਹੜੇ ਨੇ ਉਹ ਖੁਦ ਕੋਲ ਨਹੀਂ ਹੈਗੇ ਸੀ ਮਾਲਕਾਂ ਨੇ ਪੜਾ ਨਹੀਂ ਵੀ ਸਪਰੇਅ ਕਿਹੜਾ ਹੈਗਾ ਹੈ ਜਾਂ ਕਿਹੜਾ ਸਪਰੇਅ ਦੇ ਗਿਆ ਨਹੀਂ ਅੱਗੂ ਜਿਹੜਾ ਮੁਲਾਜ਼ਮ ਹੈਗਾ ਸੀ ਉਹ ਅਨਪੜਾ ਹੈਗਾ ਸੀ ਮੁਲਾਜ਼ਮ ਨੇ ਵੀ ਇੰਨੀ ਨਹੀਂ ਕੀਤੀ ਵੀ ਚਲੋ ਮੈਂ ਜਿਹੜਾ ਨਾ ਕਿਸੇ ਨੂੰ ਵਿਖਾ ਲਵਾਂ ਇਹ ਸਪਰੇਅ ਸਪਰੇਅ ਕਰਨ ਤੋਂ ਪਹਿਲੇ ਕਿਸੇ ਨੂੰ ਵਿਖਾ ਲਵਾਂ ਵੀ ਇਹ ਕਿਹੜਾ ਸਪਰੇਅ ਹੈ ਔਰ ਕਿਵੇਂ ਕਰਨਾ ਹੈ ਕਿੰਨੀਆਂ ਟੈਂਕੀਆਂ ਲਾਵਾਂ ਜਾਂ ਕਿੰਨਾ ਸਪਰੇ ਕਿੰਨੇ ਏਕੜ ਨੂੰ ਕਿੰਨੀ ਮਿਕਦਾਰ ਮੈਂ ਕਰਾਂ ਮਤਲਬ ਅਗਰ ਕਿਸੇ ਪੜੇ ਲਿਖੇ ਨੂੰ ਵਿਖਾ ਲੈਂਦਾ ਤੇ ਜਦੋਂ ਉਹਨੇ ਵੇਖਣਾ ਸੀ ਉੱਤੇ ਪੜਨਾ ਸੀ ਤੇ ਉਹਨੇ ਕਹਿਣਾ ਸੀ ਵੀ ਯਾਰ ਇਹ ਤਾਂ ਗਾਹ ਸਾੜਨ ਵਾਲਾ ਸਪਰੇ ਆ ਤੇ ਤੁਸੀਂ ਮੁੰਜੀ ਨੂੰ ਕੀਤੀ ਆਂਦੇ ਨੇ ਰੋਕ ਦੇਣਾ ਸੀ ਉਹਨੇ ਲਿਆਜ਼ਾ ਜਿਹੜਾ ਮੁਲਾਜ਼ਮ ਹੈ ਉਹਨੂੰ ਪਿੱਛੋਂ ਫੋਨ ਆਇਆ ਮਾਲਕਾਂ ਦਾ ਕਿ ਧਾਇਆਂ ਨੂੰ ਮੁੰਜੀ ਨੂੰ ਸਪਰੇ ਕਰ ਦੇ ਉਹਨੇ ਜਨਾਬ ਉਹ ਸਪਰੇ ਚ ਆਇਆ ਤੇ ਇੱਥੇ ਲਿਆ ਤੇ ਕਰ ਦਿੱਤਾ ਇਸ ਤਰ੍ਹਾਂ ਦੋਸਤੋ ਸੋਹਣੀਆਂ ਜੀਆਂ ਬੋਤਲਾਂ ਵੇਖਦੇ ਨਾ ਤੇ ਇੱਕ ਕਿੱਲਾ ਉਹ ਤੇ ਦੋ ਕਿੱਲੇ ਜਨਾਬ ਹੈ ਯਾਨੀ ਕਿ ਤਿੰਨ ਕਿੱਲੇ ਦਾਇਂ ਸਾੜ ਦਿੱਤੇ ਨੇ ਤਿੰਨ ਕਿਲੋ ਮੁੰਜੀ ਜਲ ਗਈ ਹੈ ਜਲ ਤੇ ਰਾਖ ਹੋ ਗਈ ਹੈ ਤੇ ਹੁਣ ਤੁਸੀਂ ਇਹ ਵੇਖੋ ਇੱਕ ਏਕੜ ਜਿਹੜਾ ਹੈ ਨਾ ਉਹ ਤਕਰੀਬਨ ਸਾਢੇ 3-4 ਲੱਖ ਰੁਪਏ ਦਾ ਹੋ ਰਿਹਾ ਹੈ ਸਾਢੇ 3 ਤੋਂ 4 ਲੱਖ ਰੁਪਏ ਦਾ ਹੋ ਰਿਹਾ ਹੈ ਔਰ ਤਿੰਨ ਏਕੜ ਮੁਨਜੀ ਜਲਣ ਨਾਲ तकरीबन तकरीबन 12 ਲੱਖ ਦਾ ਨੁਕਸਾਨ ਹੋ ਗਿਆ ਹੈ ਤੇ ਛੋਟੀ ਜੀ ਗਲਤੀ ਤੋਂ ਸਿਰਫ ਇੰਨੀ ਕੁ ਗਲਤੀ ਤੋਂ ਕਿ ਜਦੋਂ ਵੀ ਸਪਰੇਅ ਲਓ ਇਹ ਖਿਆਲ ਰੱਖੋ ਤੇ ਉਹ ਸਪਰੇਅ ਦੇ ਉੱਤੇ ਉਹਦੀ ਹਤਿਆਤੀ ਤਦਬੀਰ ਔਰ ਉਹਦੇ ਉੱਤੇ ਸਾਰਾ ਪਹਿਲੇ ਪੜੋ ਕਿ ਇਹ ਸਪਰੇਅ ਕਿ ਵਾਸਤੇ ਹੈਗਾ ਫਿਰ ਸਪਰੇਅ ਆਪਣੀ ਫਸਲ ਤੇ ਕਰੋ ਖੁਦ ਵੀ ਔਰ ਆਪਣੇ ਮੁਲਾਜ਼ਮਾਂ ਨੂੰ ਵੀ ਇਹ ਸਮਝਾ ਛੱਡੋ ਕਿ ਕਦੇ ਵੀ ਸਪਰੇ ਸੋਹਣੀ ਬੋਤਲ ਵੇਖਦੇ ਉਤੇ ਫੁੱਲ ਬੂਟੇ ਵੇਖਦੇ ਨਹੀਂ ਕਰਨਾ ਬਲਕਿ ਉਤੇ ਪੜਨਾ ਹੈ ਇਹ ਖੁਦ ਪੜੇ ਹੋਏ ਨਹੀਂ ਹੈਗੇ ਮੁਲਾਜ਼ਮ ਤੇ ਕਿਸੇ ਨੂੰ ਪੜਾ ਲੈਣਾ ਹੈ ਕਿ ਇਹ ਸਪਰੇ ਕਿਸ ਚੀਜ਼ ਦਾ ਹੈ